ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਦੇ ਕਿਚਨ 'ਚ ਤੁਹਾਡਾ ਦੁਬਾਰਾ ਸਵਾਗਤ ਹੈ। 2-3 ਦਿਨ ਤੋਂ ਤੁਸੀਂ ਮੇਰੀ ਕੋਈ ਵੀਡੀਓ ਨਹੀਂ ਦੇਖੀ ਹੋਏਗੀ, ਨਿਊ ਵਾਲੀ। ਪੁਰਾਣੀਆਂ ਤਾਂ ਚੱਲ ਰਹੀਆਂ ਨੇ, ਤਾਂ ਐਕਚੁਅਲੀ ਮੈਂ ਤੁਹਾਡੇ ਕੋਲ ਅੱਜ ਬਹੁਤ ਹੈਲਦੀ ਅਤੇ ਨਿਊਟ੍ਰੀਸ਼ੀਅਸ ਤੁਹਾਡੇ ਕੋਲ ਮੈਂ ਲੈ ਕੇ ਆਈ ਹਾਂ। ਅਤੇ ਰੈਸਪੀ ਜਿਹੜੀ ਬਣਾ ਰਹੇ ਸੀ, ਤੁਹਾਨੂੰ ਦਿਖ ਰਿਹਾ ਹੋਏਗਾ, ਇੱਕ ਔਰੇਂਜ ਹੈ ਅਤੇ ਨਾਲ ਇੱਕ ਉਹਦੇ ਜੂਸਰ ਪਿਆ ਹੋਇਆ, ਔਰ ਇੱਕ ਸਪੈਸ਼ਲ ਜੂਸਰ ਹੈ ਜੋ ਹੈਂਡਮੇਡ ਹੈ। ਅਤੇ ਔਰੇਂਜ ਦੀ ਤੁਹਾਨੂੰ ਵੈਲਿਊ ਪਤਾ ਹੀ ਹੈ, ਇੱਕ ਤਾਂ ਬੜਾ ਈਜ਼ਲੀ ਅਵੇਲੇਬਲ ਅਤੇ ਚੀਪੈਸਟ ਹੈ, ਤਾਂ ਅਸੀਂ ਤੁਹਾਨੂੰ ਦੱਸਦੇ ਹਾਂ, ਨਾਲੇ ਬਣਾਉਂਦੇ ਹਾਂ ਕਿ ਇਹਦੀਆਂ ਕੀ ਇਹਦੇ ਬੈਨੀਫਿਟਸ ਹੈ। ਲਓ ਜੀ, ਅਸੀਂ ਜੂਸ ਕੱਢਣ ਲਈ ਸਾਡਾ ਕੋਲ ਸਾਰਾ ਸਮਾਨ ਰੈਡੀ ਹੋ ਗਿਆ। 4 ਅਸੀਂ ਔਰੇਂਜ ਲੈ ਲਏ ਨੇ, ਇਹਨਾਂ ਨੂੰ ਮੈਂ ਅੱਛੀ ਤਰ੍ਹਾਂ ਵੇਖੋ ਵਾਸ਼ ਕਰ ਲਿਆ ਪਾਣੀ ਦੇ ਨਾਲ, ਠੀਕ ਹੈ। ਅਤੇ ਸਾਡਾ ਜੂਸਰ ਵੀ ਤਿਆਰ ਹੈ। ਅਤੇ ਜਿਹੜਾ ਤੁਹਾਨੂੰ ਦੱਸਿਆ ਸੀ ਕਿ ਔਰੇਂਜ, ਔਰੇਂਜ ਇੱਕ ਬਹੁਤ ਹੀ ਅਦਭੁਤ ਫਰੂਟ ਹੈ। ਇਹਦੇ ਵਿੱਚ ਵਿਟਾਮਿਨ ਸੀ ਬਹੁਤ ਭਰਪੂਰ ਹੁੰਦਾ ਹੈ, ਕਮ ਸੇ ਕਮ 90% ਤੋਂ ਜ਼ਿਆਦਾ ਇਹ 'ਚ ਵਿਟਾਮਿਨ ਸੀ ਹੈ, ਜਿਹੜਾ ਕਿ ਸਾਡੇ ਅੰਦਰ ਬਿਮਾਰੀਆਂ ਨੂੰ ਲੜਨ ਦੀ ਸ਼ਕਤੀ ਦਿੰਦਾ ਹੈ। ਔਰ ਸਾਨੂੰ ਜਿਵੇਂ ਇਹ 'ਚ ਪ੍ਰੋਟੀਨ ਵੀ ਹੈ, ਕੈਲਸ਼ੀਅਮ ਵੀ ਹੈ, ਪੋਟਾਸ਼ੀਅਮ ਵੀ ਹੈ, ਫਾਈਬਰਸ ਵੀ ਹੈ। ਇਸ ਕਰਕੇ ਸਾਨੂੰ ਜਾਂ ਇੱਕ ਔਰੇਂਜ ਔਰ ਜਾਂ ਇੱਕ ਜੂਸ ਦਾ ਗਲਾਸ ਜ਼ਰੂਰ ਰੋਜ਼ ਪੀਣਾ ਚਾਹੀਦਾ, ਜਿਹੜਾ ਕਿ ਸਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਰਹੇ ਅਤੇ ਅਸੀਂ ਬਿਮਾਰੀਆਂ ਤੋਂ ਰਹਿਤ ਰਹੀਏ ਸਾਡੀ ਬੋਡੀ। ਦੂਜਾ, ਇਹ ਕਿੰਨੇ ਇਹਦੇ ਵਿੱਚ ਇੱਕ ਸਪੈਸ਼ਲੀ ਇਹੋ ਜਿਹਾ ਐਂਟੀਆਕਸੀਡੈਂਟ ਹੈ ਜਿਹੜਾ ਕਿੰਨੇ ਹੀ ਕੈਂਸਰ ਤੋਂ ਵੀ ਪ੍ਰੀਵੈਂਟ ਕਰਦਾ, ਜਿਵੇਂ ਲੰਗ ਕੈਂਸਰ ਹੋ ਗਿਆ, ਮਾਊਥ ਕੈਂਸਰ ਹੋ ਗਿਆ, ਠੀਕ ਹੈ। ਅਤੇ ਇਸ ਕਰਕੇ ਮਤਲਬ ਕਿੰਨਾ ਲਾਜ਼ਮੀ ਹੈ ਸਾਨੂੰ ਫਰੂਟਸ ਖਾਣਾ, ਵੈਸੇ ਹੈ ਵੀ ਕਿੰਨਾ ਚੀਪੈਸਟ ਹੈ ਔਰ ਈਜ਼ਲੀ ਅਵੇਲੇਬਲ ਹੈ, ਠੀਕ ਹੈ। ਹੁਣ ਤੁਹਾਨੂੰ ਅਸੀਂ ਦੱਸਣੇ ਹਾਂ ਕਿਹੜੀ ਕਿਸ ਵਿਧੀ ਨਾਲ ਅਸੀਂ ਜੂਸ ਬਣਾਉਣਾ ਹੈ। ਤੁਸੀਂ ਦੇਖ ਰਹੇ ਹੋਗੇ, ਅਸੀਂ ਔਰੇਂਜ ਨੂੰ ਕੱਟਿਆ, ਇਹਦਾ ਨਾ ਛਿਲਕਾ ਉਤਾਰਿਆ ਔਰ ਨਾ ਹੀ ਇਹ ਇਹਨੂੰ ਕੁਛ ਕੀਤਾ, ਔਰ ਕਿੰਨਾ ਹਾਈਜੀਨਿਕ ਦੇ ਵੇਗ ਨਾਲ ਅਸੀਂ ਇਹਦਾ ਹੁਣ ਜੂਸ ਕੱਢਾਂਗੇ। ਦੇਖੋ, ਇਹ ਉੱਪਰ ਰੱਖ ਦਿੱਤਾ, ਉਹ ਤੁਸੀਂ ਦੇਖ ਰਹੇ ਹੋਗੇ ਕਿਵੇਂ ਨੀਚੇ ਜੂਸ ਆਏ ਜਾ ਰਿਹਾ, ਔਰ ਕੋਈ ਇਹਨਾਂ ਹੱਥ ਨਹੀਂ ਖਰਾਬ ਹੁੰਦੇ, ਤੁਹਾਡਾ ਕੋਈ ਹੱਥ ਟੱਚ ਨਹੀਂ ਹੋ ਰਿਹਾ ਉਹਦੇ ਨਾਲ, ਠੀਕ ਹੈ। ਔਰ ਆਪਣੇ ਆਪ ਹੀ ਜੂਸ ਅਤੇ ਜਿਹੜਾ ਥੋੜ੍ਹਾ ਬਹੁਤਾ ਗੁੱਦਾ ਜਾਂ ਕੋਈ ਬੀਜ ਗਿਰੇਗਾ ਉਹ ਉੱਪਰ ਗਿਰੇਗਾ, ਨੀਚੇ ਨਹੀਂ ਗਿਰੇਗਾ। ਇਸ ਕਰਕੇ ਦੇਖੋ, ਔਰੇਂਜ ਦਾ ਜੂਸ, ਅਤੇ ਤੁਹਾਨੂੰ ਔਰੇਂਜ ਦਾ ਜੂਸ ਦਾ ਤਾਂ ਫਾਇਦਾ ਹੈ ਹੀ ਹੈ, ਤੁਹਾਨੂੰ ਹੀ ਨਾਲੇ ਦਿਖਾ ਰਿਹਾ। ਦੇਖੋ ਪਲਬ, ਦੇਖੋ ਜੇ ਤੁਸੀਂ ਕੱਢਿਆ ਜੂਸ, ਦੇਖ ਰਹੇ ਹੋ ਨਾ, ਤੁਹਾਨੂੰ ਦੇਖੋ ਦੇਖੋ ਜਿਹੜਾ ਜੂਸਰ ਹੈ ਇਹ ਜ਼ਿਆਦਾ ਮਹਿੰਗਾ ਵੀ ਨਹੀਂ ਹੈ, ਪਰ ਸਾਨੂੰ ਕਾਫੀ ਟਾਈਮ ਹੋ ਗਿਆ ਦਿੱਤਾ, ਇਸ ਕਰਕੇ ਮੈਨੂੰ ਹੁਣ ਇਹਦਾ ਐਗਜੈਕਟ ਕੀਮਤ ਨਹੀਂ ਪਤਾ ਹੈਗਾ ਕਿੰਨੀ ਹੈ, ਠੀਕ ਹੈ। ਪਰ ਹੈਗਾ ਕਿ ਬਾਕੀ ਜੂਸਰਾਂ ਦੀ ਤਰ੍ਹਾਂ ਦਾ ਨਹੀਂ ਹੈ। ਦੇਖੋ, ਕਮ ਸੇ ਕਮ ਸਾਡਾ ਮਤਲਬ ਹੁਣ ਅਸੀਂ ਦੂਸਰਾ ਲਵਾਂਗੇ ਪਾਰਟ ਦਾ, ਤੁਹਾਨੂੰ ਦਿਖਾ ਦਈਏ ਨਾ ਕਿੰਨਾ ਹਾਈਜੀਨਿਕ, ਕੋਈ ਵੀ ਹੱਥਾਂ 'ਚ ਬਿਲਕੁਲ ਹੱਥ ਗਿੱਲੇ ਤੱਕ ਵੀ ਨਹੀਂ ਹੋਏ, ਸਾਰਾ ਮਤਲਬ ਉਹ ਵੀ ਨਾ ਸਾਨੂੰ ਕੋਈ ਖਿਲਾਰ ਪਿਆ। ਆ ਦੇਖੋ ਕਿੰਨਾ ਮਤਲਬ ਸਾਫ਼ ਸੁਥਰਾ ਹੈ ਸਾਰਾ ਕੁਛ, ਕਿ ਵੀ ਸਾਨੂੰ ਕੋਈ ਲੱਗ ਨਹੀਂ ਰਿਹਾ ਕਿ ਵੀ ਇਹ 'ਚ ਕੋਈ ਉਹ ਹੈ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਵੀ ਔਰੇਂਜ ਦਾ ਜੂਸ ਹਰ ਕੋਈ ਪੀਏ, ਜਿਵੇਂ ਕੋਈ ਬੱਚੇ ਔਰੇਂਜ ਨਹੀਂ ਖਾਂਦੇ ਜਿਨ੍ਹਾਂ ਨੂੰ, ਉਹਨਾਂ ਤੋਂ ਜੂਸ ਕੱਢ ਕੇ ਦੇ ਸਕਦੇ, ਔਰ ਇਹ 'ਚ ਕੋਈ ਟਾਈਮ ਵੀ ਇੰਨਾ ਜ਼ਿਆਦਾ ਵੇਸਟ ਨਹੀਂ ਹੁੰਦਾ, ਬੱਚਿਆਂ ਲਈ ਬਹੁਤ ਹੀ ਫਾਇਦੇ ਵਾਲਾ ਹੈ, ਖੱਟਾ ਮਿੱਠਾ ਬਣਦਾ, ਕਿਉਂਕਿ ਅੱਛਾ ਇੱਕ ਜਿਹੜੀ ਜਿਹੜੀ ਜੂਸ ਬਣ ਜਾਏਗਾ ਨਾ, ਅੱਛਾ ਜਿਹੜੀ ਚੀਜ਼ ਚ ਪਾਣੀ ਹੈ ਨਾ, ਅਤੇ ਤੁਹਾਨੂੰ ਉਹ ਦੱਸਾਂਗੇ ਕਿਹੜੀ ਪਾਣੀ ਹੈ, ਤੁਸੀਂ ਪਤਾ ਮੇਰੀ ਵੀਡੀਓ ਪੂਰੀ ਐਂਡ ਤੱਕ ਦੇਖੋਗੇ। ਲਓ ਜੀ, ਦੇਖੋ ਜੀ ਕਿਵੇਂ ਜੂਸ ਨਿਕਲ ਰਿਹਾ, ਦੇਖ ਰਹੇ ਹੋ ਕਿਵੇਂ ਜਾਂਦਾ ਜਿਵੇਂ ਮਸ਼ੀਨ 'ਚ ਨਿਕਲ ਰਿਹਾ। ਅਤੇ ਦੇਖੋ ਨਾਲੇ ਜੇ ਤੁਸੀਂ ਆਪਣਾ ਘਰ ਖੁਦ ਜੂਸ ਬਣਾ ਰਹੇ ਹਾਂ ਔਰੇਂਜ ਦਾ, ਤਾਂ ਸਾਨੂੰ ਸੈਟਿਸਫੈਕਸ਼ਨ ਹੁੰਦੀ ਹੈ, ਕਲੀਨ ਹੁੰਦਾ ਹੈ, ਸਾਫ਼ ਸੁਥਰਾ ਹੁੰਦਾ ਹੈ। ਤਾਂ ਅਸੀਂ ਆਪਣੇ ਜਿਸ ਤਰ੍ਹਾਂ ਵੀ ਕਰਕੇ ਬਣਾ, ਮਤਲਬ ਉਹਨਾਂ ਸਾਨੂੰ ਨਹੀਂ ਪਤਾ ਲੱਗਦਾ ਕਿ, ਕਿਉਂਕਿ ਅਸੀਂ ਤਾਂ ਖੜ੍ਹੇ ਹੁੰਦੇ ਹਾਂ ਜਦੋਂ ਜੂਸਰ ਬਣਾਉਂਦੇ, ਉਹਨਾਂ ਦਾ ਇੱਕ ਬਰਤਨ ਕਿਹੋ ਜਿਹਾ, ਹੁਣ ਅਸੀਂ ਵਾਸ਼ ਕਰਕੇ ਅੱਛੀ ਤਰ੍ਹਾਂ ਕਲੀਨ ਕਰਕੇ ਇਹ ਕਰ ਰਹੇ ਹਾਂ, ਪਰ ਪ੍ਰੋਪਰ ਹੈਂਡ ਵਾਸ਼ ਕਰਕੇ ਉਸ ਅਸੀਂ ਕੱਢ ਲਿਆ। ਅਤੇ ਦੇਖੋ ਕੋਈ ਕੁਛ ਵੀ ਇੰਨਾ ਆਸੇ ਪਾਸੇ ਕੋਈ ਗੰਦ ਨਹੀਂ ਹੈ, ਉਹ ਜੋ ਵੀ ਜੋ ਬੀਜ ਵਗੈਰਾ ਸਾਰੇ ਉੱਪਰ ਆ ਗਏ ਨੇ, ਆਹ ਦੇਖੋ ਛਿਲਕੇ, ਦੇਖ ਰਹੇ ਹੋ। ਹੁਣ ਤੁਹਾਨੂੰ ਅਸੀਂ ਜੂਸ ਦਿਖਾਉਂਦੇ ਹਾਂ ਕਿਸਨਾ ਜੂਸਰ ਕਿਸਨਾ। ਆ ਜੀ ਦੇਖੋ, ਹਜੇ ਵੀ ਵਿੱਚ ਥੋੜ੍ਹਾ ਥੋੜ੍ਹਾ ਇੱਕ 2 ਡ੍ਰੋਪ ਗਿਰ ਰਿਹਾ, ਉਹ ਥੋੜ੍ਹਾ ਜਿਹਾ ਗਿਰਨ ਦੇਵਾਂਗੇ ਅਸੀਂ, ਪਰ ਕਿੰਨਾ ਅੱਛਾ ਕਲਰ ਆਇਆ, ਇੰਝ ਲੱਗਦਾ ਕਿ ਜਿਵੇਂ ਐਨ ਤੁਹਾਡਾ ਵੀ ਦਿਲ ਕਰ ਰਿਹਾ ਹੋਗਾ, ਅਤੇ ਫਿਰ ਜੇ ਕਰਦਾ ਤਾਂ ਤੁਸੀਂ ਵੀ ਪੀਣਾ ਹੈ। ਜੇ ਸਾਡਾ ਜੂਸ ਤਿਆਰ ਹੋ ਗਿਆ, ਦੇਖੋ ਔਰੇਂਜ ਦਾ 4 ਸੰਤਰੇ ਤੁਹਾਡੇ ਸਾਹਮਣੇ ਛਿੱਲੇ ਸੀ, ਵਾਸ਼ ਕਰਕੇ ਜੂਸ ਕੱਢ ਲਿਆ। ਟੋਟਲ ਦੇਖੋ 250 ml ਅਪਰੋਕਸੀਮੇਟ ਹੈਗਾ। ਹੁਣ ਇਹਦੇ 'ਚ ਅਸੀਂ ਪਾਵਾਂਗੇ ਕਾਲਾ ਨਮਕ, ਜਿਹਦੇ ਨਾਲ ਹੋਰ ਟੇਸਟ ਬਣੇਗਾ। ਅਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਹਿਲਾ ਦਾਂਗੇ, ਅਤੇ ਜਦੋਂ ਅਸੀਂ ਇਹਨੂੰ ਨਮਕ ਮਿਲਾ ਦਿੰਦੇ ਹਾਂ ਅਤੇ ਉਸੇ ਵੇਲੇ ਜੂਸ ਪੀਣਾ ਹੁੰਦਾ ਹੈ। ਇਹ ਤੁਹਾਡੇ ਵਾਸਤੇ ਜੂਸ ਤਿਆਰ ਹੈ, ਇੱਕ ਅੰਮ੍ਰਿਤ ਦਾ ਪਿਆਲਾ ਪੀਓ ਅਤੇ ਆਪਣੇ ਅੰਦਰ ਇਮਿਊਨਿਟੀ ਪੈਦਾ ਕਰੋ, ਬਿਮਾਰੀਆਂ ਤੋਂ ਲੜਨ ਦੀ ਸ਼ਕਤੀ ਪੈਦਾ ਕਰੋ।
तो मेरी वीडियो देखो, लाइक करो, मैनू जरूरत है तुहाडी लाइक की, कमेंट्स की, क्योंकि कमेंट्स करके दसो कि किस तरह का टेस्ट लगा तुहानू, प्लस सबसक्राइब जरूर करो, और मैनू क्योंकि मैनू बहुत ही जरूरत है सब्सक्रिप्शन की। थैंक यू सो मच।